ਤਿਆਰ ਕਰਾਂਗੇ ਅਸੀਂ ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਸੁਣਨ ਜਾ ਰਹੇ ਹਾਂ ਹਾਲੇਲੂਇਆ ਉਸ ਦਾ ਵਚਨ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ ਸਭ ਜਨ ਪ੍ਰਾਰਥਨਾ ਕਰਾਂਗੇ ਇੱਕ ਮਨ ਹੋ ਕੇ ਤਾਂ ਕਿ ਜੋ ਵੀ ਅੱਜ ਦਾ ਵਚਨ ਹੋਵੇ ਸਭ ਦੇ ਲਈ ਵੱਡੀ ਬਰਕਤ ਦਾ ਕਾਰਨ ਹੋਵੇ ਆਓ ਸਭ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਖੁਦਾਵੰਦ ਖੁਦਾ ਅਸੀਂ ਤੁਹਾਡਾ ਧੰਨਵਾਦ ਤੇ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਅੱਛੇ ਸਮੇਂ ਦੇ ਲਈ ਜੋ ਸਾਨੂੰ ਸਭ ਨੂੰ ਆਪਣੀ ਹਜ਼ੂਰੀ ਦੇ ਵਿੱਚ ਇਕੱਠਿਆਂ ਕੀਤਾ ਮਿਲ ਕੇ ਤੁਹਾਡੇ ਨਾਂ ਦੀ ਹਮਦੋ ਸਤਾਈਸ਼ ਵਡਿਆਈ ਕਰ ਸਕੀਏ ਖੁਦਾਵੰਦ ਖੁਦਾ ਜੋ ਵੀ ਗੀਤ ਭਜਨ ਜ਼ਬੂਰ ਤੁਹਾਡੀ ਮਹਿਮਾ ਦੇ ਲਈ ਗਾਏ ਗਏ ਸਭ ਤੁਹਾਡੇ ਘਰ ਦੇ ਵਿੱਚ ਸਾਨੂੰ ਪਸੰਦ ਹੋਣ ਵਰਸ਼ਿਪ ਦੇ ਦਰਮਿਆਨ ਤੁਹਾਡੇ ਆਤਮਾ ਨੇ ਹਰ ਇੱਕ ਨੂੰ ਛੂਇਆ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਜਿੰਨੇ ਅਜ਼ੀਜ਼ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਹਾਂ ਖੁਦਾਵੰਦ ਖੁਦਾ ਇੱਕ ਇੱਕ ਤੇ ਤੁਹਾਡੀ ਦਇਆ ਨੂੰ ਕਿਰਪਾ ਨੂੰ ਚਾਹੁੰਦੇ ਹਾਂ ਆਪਣੇ ਅਨੁਗ੍ਰਹਿ ਦੇ ਨਾਲ ਹਰ ਇੱਕ ਨੂੰ ਟੱਕ ਲੈਣਾ ਖੁਦਾਵੰਦ ਯਿਸੂ ਨਾਸਰੀ ਜੀ ਇੱਕ ਇੱਕ ਦੇ ਉੱਪਰ ਤੁਹਾਡੀ ਵੱਡੀ ਦਇਆ ਨੂੰ ਚਾਹੁੰਦੇ ਹਾਂ ਜੋ ਆਸ ਉਮੀਦ ਲੈ ਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਪੂਰੀਆਂ ਕਰਨਾ ਖੁਦਾ ਬਾਪ ਹੁਣੇ ਸਮਾਂ ਹੈ ਕਿ ਅਸੀਂ ਤੁਹਾਡੇ ਮੂੰਹ ਦੀਆਂ ਗੱਲਾਂ ਨੂੰ ਸੁਣੀਏ ਤੁਹਾਡੇ ਦਾਸ ਲਈ ਪ੍ਰਾਰਥਨਾ ਕਰਦੇ ਹਾਂ ਆਪਣੇ ਦਾਸ ਨੂੰ ਬਹੁਤ ਆਇਤ ਨਾਲ ਇਸਤੇਮਾਲ ਕਰਨਾ ਤੁਹਾਡੇ ਸੇਵਕ ਨੂੰ ਤੁਹਾਡੇ ਲਹੂ ਦੇ ਵਿੱਚ ਕਵਰ ਕਰ ਦਿੰਦੇ ਹਾਂ ਪ੍ਰਭੂ ਪਿਤਾ ਪਰਮੇਸ਼ਰ ਤੁਹਾਡਾ ਦਾਸ ਨਹੀਂ ਬਲਕਿ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਲੋਕਾਂ ਦੇ ਨਾਲ ਗੱਲਬਾਤ ਕਰੇ ਅੱਜ ਦੇ ਬਚਨ ਦੇ ਦੁਆਰਾ ਅਦਭੁਤ ਕੰਮ ਹੋਣ ਪਰਮੇਸ਼ਰ ਪਿਤਾ ਹਰ ਇੱਕ ਜੀਵਨ ਬਦਲ ਜਾਏ ਜਿਸ ਜਗ੍ਹਾ ਤੱਕ ਤੁਹਾਡੇ ਸੇਵਕ ਦੀ ਆਵਾਜ਼ ਪਹੁੰਚੇ ਉਹ ਲੋਕ ਬਚਾਏ ਜਾਣ ਔਰ ਤੇਰੇ ਰਾਜ੍ਯ ਦੇ ਲਈ ਤਿਆਰ ਹੋ ਸਕਣ ਖੁਦਾਵੰਦ ਪਿਤਾ ਤੁਹਾਡਾ ਵੱਡਾ ਅਭਿਸ਼ੇਕ ਤੁਹਾਡਾ ਮਸਾ ਇਸ ਜਗ੍ਹਾ ਦੇ ਉੱਤੇ ਅਸੀਂ ਚਾਹੁੰਦੇ ਹਾਂ ਤੁਹਾਡਾ ਅਨੁਗ੍ਰਹਿ ਹਮੇਸ਼ਾ ਬਣਿਆ ਰਹੇ ਮੇਰੀ ਇਸ ਪ੍ਰਾਰਥਨਾ ਨੂੰ ਸੁਣਨਾ ਕਬੂਲ ਕਰਨਾ ਸਾਮਰਥੀ ਖੁਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਦੁਆ ਮੰਗਦੇ ਹਾਂ ਆਮੇਨ ਆਓ ਪਤਾੜੀਆਂ ਦੇ ਨਾਲ ਖੁਦਾ ਦੇ ਦਾਸ ਦਾ ਸਵਾਗਤ ਕਰਾਂਗੇ ਔਰ ਆਪ ਜੀ ਪਵਿੱਤਰ ਵਚਨ ਨੂੰ ਸੁਣਾਂਗੇ ਯਿਸੂ ਮਸੀਹ ਤੁਹਾਨੂੰ ਸਭ ਨੂੰ ਬੜੀ ਆਸ਼ੀਸ਼ ਭਰੀ ਬਰਕਤ ਦੇ ਆਮੇਨ ਕਿੰਨੇ ਆਮੇਨ ਕਰਨ ਸੱਜਣ ਦੇ ਸੁਸ਼ਨਾਮ ਦੇ ਵਿੱਚ ਹਾਲੇਲੂਇਆ ਕਿੰਨੇ ਬਲੈਸ ਮੈਂ ਤੁਹਾਨੂੰ ਉੱਚਤ ਕਰਨ ਜਿਹੜੇ ਕਹਿੰਦੇ ਸੀ ਬਲੈਸ ਨਾ ਖੁਦਾਵੰਦ ਦੇ ਪਵਿੱਤਰ ਵਚਨ ਚ ਲਿਖਿਆ ਆ ਕਿ ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਹਿੰਦੇ ਹੋ ਪਰ ਮੇਰਾ ਕਹਿਣਾ ਨਹੀਂ ਮੰਨ ਹਾਲੇਲੂਇਆ ਮੈਂ ਤੁਹਾਡੇ ਨਾਲ ਸਵਾਲ ਕੀਤਾ ਬਈ ਕਿੰਨੇ ਬਲੈਸ ਹੋਣਾ ਚਾਹੁੰਦੇ ਜਿਹੜੇ ਬਲੈਸਿੰਗ ਲੈਣਾ ਚਾਹੁੰਦੇ ਹੱਥ ਆਪਣਾ ਉੱਚਾ ਕਰਾਂਗੇ ਸ਼ਾਬਾਸ਼ ਸਭ ਚਾਹੁੰਦੇ ਹਾਲੇਲੂਇਆ ਅਗਰ ਤੁਸੀਂ ਚਾਹੁੰਦੇ ਨਹੀਂ ਕਿ ਖੁਦਾਵੰਦ ਸਾਨੂੰ ਬਲੈਸ ਕਰੇ ਅੱਜ ਦਾ ਜੋ ਮੇਰਾ ਵਿਸ਼ਾ ਹੈ ਨਾ ਅਗਰ ਇਸ ਨੂੰ ਆਪਣੀ ਜ਼ਿੰਦਗੀ 'ਚ ਅਜੇ ਲਾਗੂ ਕਰ ਲਓਗੇ ਅਪਣਾ ਲਓਗੇ ਤੇ 100% ਬਲੈਸਿੰਗ ਉਸ ਨੂੰ ਸਾਨੂੰ ਕੁਛ ਕਰਨਾ ਪੈਣਾ ਹੈ ਕੁਛ ਖੁਦਾ ਨੇ ਕਰਨਾ ਹੈ ਤੇ ਕੁਛ ਹਾਂਜੀ ਕੁਛ ਖੁਦਾ ਨੇ ਕਰਨਾ ਤੇ ਕੁਝ ਸਾਨੂੰ ਕਰਨਾ ਪੈਣਾ ਖੁਦਾ ਨੇ ਕਰਨਾ ਕਰਨਾ ਖੁਦਾ ਨੇ ਲਿਖਿਆ ਖੁਦਾ ਨੇ ਕਰਨਾ ਕਰਨਾ ਤੇ ਅਸੀਂ ਹੁਣੀ ਆ ਜਾਵੇ ਨਹੀਂ ਨਹੀਂ ਮੈਂ ਕਿਹਾ ਕੁਝ ਕੰਮ ਖੁਦਾ ਨੇ ਕਰਨਾ ਹੈ ਨਾ ਤੇ ਕੁਝ ਕੰਮ ਅਸੀਂ ਕੰਮ ਕਰਨਾ ਮੇਰੀ ਅਗਲੀ ਗੱਲ ਸੀ ਕਿ ਖੁਦਾ ਨੇ ਕਰਨਾ ਕਰਨਾ ਪਰ ਤੁਸੀਂ ਸੁਣਨਾ ਆ ਤੇ ਕਰਨਾ ਨਹੀਂ ਗਾ ਹਾਲੇਲੂਇਆ ਜਿਹੜੇ ਕਰਨਗੇ 100% ਯਿਸੂ ਦੇ ਨਾਮ ਤੇ ਬਲੈਸ ਹੋਣ ਧੰਨਵਾਦ ਪ੍ਰਭੂ ਅੱਜ ਦਾ ਮੇਰਾ ਵਿਸ਼ਾ ਹੈ ਛੋਟੀਆਂ ਛੋਟੀਆਂ ਲੂੰਬੜੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢੋ ਹਾਲੇਲੂਇਆ ਛੋਟੀਆਂ ਛੋਟੀਆਂ ਗਲਤੀਆਂ ਮਾੜੀਆਂ ਆਦਤਾਂ ਆਪਣੀ ਜ਼ਿੰਦਗੀ ਚ ਕੱਢੋ ਤੇ ਖੁਦਾ ਦੀ ਬਲੈਸਿੰਗ ਨੂੰ ਰਿਸੀਵ ਕਰੋ ਜ਼ੋਰ ਨਾਲ ਮੰਨਾ ਕਰੇਗਾ ਪਰਮੇਸ਼ਵਰ ਕੁਝ ਖੁਦਾ ਨੇ ਕੰਮ ਕਰਨੇ ਤੇ ਕੁਝ ਖੁਦਾ ਨੇ ਕਰਨੇ ਕਰਨੇ ਤੇ ਪਰ ਤੁਸੀਂ ਹਾਂ ਸ਼ਾਬਾਸ਼ ਬਲੈਸ ਹੋ ਸ਼ੁਦਨਾ ਨੂੰ
धन्यवाद परमेश्वर। जदों असीं अपनी जिंदगी दे विचों छोटियां छोटियां गल्लां छोटियां छोटियां गलतियां नूं अपनी जिंदगी दे विचों कढांगे, बुराइयां नूं कढांगे, ते विश्वास करो यीशु मसीह दे सामर्थी नाम च 100% ब्लैस हो। बाइबल च बहुत सारे लोग ब्लैस सी, परमेश्वर की ग्रेस, प्रभु का अनुग्रह, परमेश्वर की आत्मा की अगुवाई के लोग चलते सी, लेकिन इन्हें छोटिया छोटिया लूबड़िया नू अपनी जिंदगी चो नहीं कढ़िया। इस करके बड़े बड़े मुकामां दे विचों परमेश्वर नू उतार के नीचे सुटिया और उस तो बाद जिहड़ी लाइफ है, जिहड़ी जिंदगी है, वह खत्म हो गई। पर मैं नहीं चाहता कि मेरी कलीसिया, मेरे लोग जड़े आ जो उन्होंने लोगों ने गलतियां कीतियां आ, मेरी कलीसिया गलतियां करे, मेरे लोग गलतियां करे। हालेलुया। परमेश्वर ने कलाम के मुताबिक मेरी दिली इच्छा है कि खुदावन ने जिन्हें तुम जीस बेटे बेटियां बैठे हैं, खुदावन की इच्छा के मुताबिक उसकी अगुवाई में चलो, ताकि जिन्हें ब्लैसिंग रखी आ, ਜਿਹੜੇ ਉਹਦੇ ਅਭਿਸ਼ੇਕ ਨੂੰ ਪਾਉਣਾ ਚਾਹੁੰਦੇ, ਤਾਂ ਕਿ ਉਹ ਬਿਲੇ ਚ ਤੁਹਾਡੇ ਤੋਂ ਅਭਿਸ਼ੇਕ ਵੀ ਮਿਲੇ, ਉਹ ਬਲੈਸਿੰਗ ਵੀ ਮਿਲੇ, ਤਾਂ ਕਿ ਤੁਹਾਡੀਆਂ ਜ਼ਿੰਦਗੀਆਂ ਦੇ ਅੰਦਰੋਂ ਯਿਸੂ ਦਾ ਨਾਮ ਚਲਾ। ਹਾਲੇਲੂਯਾ। ਆਹ ਦੇਖਾਂਗੇ ਖੁਦਾਵੰਦ ਦੇ ਪੁੱਤ ਵਚਨ ਦੇ ਵਿੱਚੋਂ ਸ੍ਰੇਸ਼ਟ ਗੀਤ, ਛੋਟੀਆਂ ਛੋਟੀਆਂ। ਹਾਂਜੀ ਸਰ, ਬਸ खराब कर दिया ने। आमीन। मतलब साड़िया छोटिया छोटिया गलतियां जड़िया आ, वो साड़ी आत्मिक लाइफ नूं की कर दिया आ, खराब कर दे। अपनी जिंदगी दे विचों छोटियां छोटियां लुमियां छोटियां छोटियां ये गलतियां आ, असी अज तो अपनी जिंदगी चो कट। हालेलुया। किन्ने तैयार है अपनी जिंदगी नु बदलने दे वास्ते, अपनी जिंदगी नु सुधारन दे वास्ते? हालेलुया। जिहड़ी ब्लैसिंग आ फिर आनी, फैसला तुहाडे हथ विच आ। धुप नूं देखना आ ते ध्यान छड़ा नके चाहुंदा आ कि तुहाडा ध्यान आ वचन तो दूसरे पासे लगे, तां कि जिहड़ी परमेश्वर की आशीष आ उहदे तों तुसीं वांझे रहि जाओ। हैलो, तुसीं वचन नाल ध्यान देवो, परमेश्वर अगे मैं मिहनत कीती आ, उह हौली हौली जिहड़ी हवा आ वो तुहाडे नूं चलाई जाऊगी। तुहानूं गर्मी महसूस, बस शर्त यह कि अपना ध्यान प्रभु दे वचन की तरफ लगाउणा। मैं की सिखा रहा हां कि अपनी जिंदगी दे विचों छोटियां छोटियां जिहड़ियां गलतियां आ जिन्हां नूं असीं याद नहीं रखदे, छोटे छोटियां गलतियां, झूठ, निंदिया, चुगलियां, बेईमानियां, ठगियां, व्यभिचार, शराबपुना और गाह, ये सानू अज अपनी जिंदगी दे विचों। हाँ जी, आवाज नहीं आ रही मैनूं तुहाडी, की करना है ना सारियां चीजां नूं अपनी जिंदगी चों, ये छोटियां छोटियां लुमड़ियां ने तुहानूं बदल, तुहानूं अगे बदल। आप एक भजन भी गाने ना, मैं अगे बदा जावां कि हुण पिछे पिछे नहीं, मैं हुण मैं अगे बदना है। ते जिहने ठान लिया आ, जिहने मन बना लिया आ, जिन्हें माइंड च सोच लिया आ कि चाहे गर्मी होवे चाहे सर्दी होवे, खुदावंद दे पाक पवित्र वचन च लिखा आ पहले करिन्थियां 10 अध्याय उहदी 10 वर्स, पहले करिन्थियां 10 अध्याय और उहदी 10 वर्स। अते ना तुसी बुड़बुड़ करो ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ। ਆਮੇਨ। ਹਾਲੇਲੂਯਾ। ਕੀ ਹੋਇਆ ਜੀ ਇੱਥੇ ਪੜੇ ਬਣੇ ਪਾਸੇ?
दोष की लोड़ आ नहीं चंगा, ओ नहीं चंगा, ओ पास्टर नहीं चंगा, आ पास्टर नहीं चंगा, ओ ज्यादा बढ़िया है, ओ ज्यादा ठीक नहीं है, ओ भैन बहुत बढ़िया है, हाँ जी ओ भैन है नहीं है। मतलब खुदा का कलाम करते छोटिया छोटिया लुमड़िया छोटिया छोटिया गलां नू अपनी, हाँ जी आवाज नहीं आई उतर अपनी जिंदगी च बर बुड़बुड़ नहीं कर। इसराइल बहुत बढ़िया बाहर निकल के आ गए, मिस्र की गुलामी दे विचों आ गए। परमेश्वर ने प्रॉमिस भी कर लिया कि मैं तुहानू उस देश विच लैके जावांगा जिथे दुध दे शहद दी नदियां बगदियां। कि परमेश्वर वादा झूठा जी? कितने लिखा है बाइबल खुदा ने वादा किया है तो उन्हें पूरा नहीं किया। कहते उन्हें क्या कि मैं तुहानू उस देश विच लैके जावांगा, कि उन्होंने लैके गया कि नहीं गया? लैके तारे जाना है तुहानू तां मैनू भी स्वर्ग विच परमेश्वर ने। जदों असी बुड़बुड़ाउणा बंद करेंगे छड़ के परमेश्वर तुहानू स्वर्ग लैके जाना चाहता है, परमेश्वर तुहानू जमीन के उपर 100% ब्लैस करना चाहता है, परमेश्वर तुहाडे जीवन च अद्भुत काम करना चाहता है, परमेश्वर तुहानू अपने कामां लई बहुत आयत ना इस्तेमाल करना चाहता है, परमेश्वर तुहाडे घराने नू ब्लैस करना चाहता है, परमेश्वर मिनिस्टर नू ब्लैस करना चाहता है। पर सानू अपनी जिंदगी च लागू करना पैना है ये बुड़बुड़ाउणा कुड़कुड़ाउणा, ये सानू बंद करना पैना। उन्होंने अपनी उस ग्रेस नू अपने उस अभिषेक नू उस परमेश्वर के अनुग्रह नू जो परमेश्वर ने उन्हें ठहराया, जो बोलिया परमेश्वर ने कि मैं तुहानू उस देश विच लेके जावांगा जिथे दुध ते शहद दी नदियां बगदियां। लेकिन रास्ते विच इसराइली लोगों ने कीता बुड़बुड़ाउणा कुड़कुड़ाउणा, प्रभु दे दास दे बरखड़ा भी बुड़बुड़ाउणा शुरू कर दिया। उन्होंने पुराने भैन ने रब दे सेवक तों उपर ही दोष लाउणा शुरू कर दिता, इन्हां जादियां रब गल्लां करदा साडे नाल नहीं करदा। अगर रब तुहानू किसे नूं इस्तेमाल करदा आ ते सानू की होना चाहिदा जी? आवाज नहीं मैनूं आ रही तां की होना चाहिदा? ਜੇ ਕਿਸੇ ਨੇ ਕੋਠੀ ਬਣਾ ਕੇ ਪ੍ਰਭੂ ਨੂੰ ਦੇ ਦਿੱਤੀ ਹੈ ਸਾਨੂੰ ਕੀ ਹੋਣਾ ਚਾਹੀਦਾ? ਅਗਰ ਕੋਈ ਕਿਸੇ ਦਾ ਧੀ ਪੁੱਤਰ ਬਾਹਰ ਜਾਂਦਾ ਸਾਨੂੰ ਕੁਝ ਹੋਣਾ ਚਾਹੀਦਾ? ਕਿਸੇ ਨੂੰ ਪਵਿੱਤਰ ਆਤਮਾ ਦਾ ਦਾਨ ਮਿਲ ਗਿਆ ਸਾਨੂੰ ਕੀ ਹੋਣਾ ਚਾਹੀਦਾ ਆ? ਪਰ ਅਸੀਂ ਕੀ ਕਹਿੰਦੇ ਇਹਨੂੰ ਕਿੱਦਾਂ ਮਿਲ ਗਿਆ, ਇਹਦੇ ਜੀਵਨ ਤੇ ਪ੍ਰਭੂ ਨੇ ਕਿੱਦਾਂ ਕੰਮ ਕਰਤਾ? ਇਹ ਸਾਡਾ ਜਿਹੜੀਆਂ ਨਾ ਛੋਟੀਆਂ ਛੋਟੀਆਂ ਨੂੰਬੜੀਆਂ ਜਿਹੜੀਆਂ ਆ ਇਹ ਸਾਨੂੰ ਬਦਲ ਨਹੀਂ ਦਿੰਦੀ। ਲੋਕ ਵੱਧਦੇ ਜਾਂਦੇ ਆ ਤੇ ਜਦੋਂ ਅਸੀਂ ਬੋਲਦੇ ਹਾਂ ਅਸੀਂ ਉੱਥੇ ਹੀ ਲੋਕ ਆਉਂਦੇ ਨੇ, ਕਹਿੰਦਾ ਲੋਕ ਆਉਂਦੇ ਆ ਆਸ਼ੀਸ਼ ਲੈਂਦੇ ਆ ਪ੍ਰਭੂ ਦੀ ਗ੍ਰੇਸ ਨੂੰ ਲੈਂਦੇ ਆ ਤੇ ਵੱਧਦੇ ਜਾਂਦੇ। ਜਿਹੜੇ ਲੋਕ ਬੁੜਬੁੜਾ ਰਹੇ ਆ ਕੁੜਕੜਾ ਰਹੇ ਆ ਉਹ ਅੱਜ ਵੀ ਉੱਥੇ ਆ। ਇਸਰਾਇਲ ਲੋਕ ਕੀ ਆ? ਪਰਮੇਸ਼ਰ ਦੇ ਦਾਸ ਨੂੰ ਬੁਰਾ ਭਲਾ ਬੋਲਣ ਡਿਆ ਹੋਇਆ, ਅਸੀਂ ਉੱਥੇ ਠੀਕ ਸੀ, ਅਸੀਂ ਉੱਥੇ ਵਧੀਆ ਸੀਗਾ, ਸਾਡੀਆਂ ਤੋੜੀਆਂ ਚ ਮੀਟ ਰਚਦਾ ਸੀਗਾ, ਅਸੀਂ ਆਹ ਖਾਂਦੇ ਸੀ, ਅਸੀਂ ਉਹ ਕਰਦੇ ਸੀ, ਅਸੀਂ ਬਹੁਤ ਵਧੀਆ ਸੀਗੇ। ਹੁਣ ਸਾਨੂੰ ਉਜਾੜ ਵੀ ਤੂੰ ਲੈ ਕੇ ਸੁੱਟ ਦਿੱਤਾ ਹੈ ਮਰਨ ਦੀ ਖਾਤਰ, ਅਸੀਂ ਇੱਥੇ ਭੁੱਖੇ ਮਰਨ ਡਏ ਹੋਏ ਹਾਂ। ਲੇਕਿਨ ਪਰਮੇਸ਼ਵਰ ਦਾਸ ਨੂੰ ਬੋਲਣ ਨਾ, ਹਾਲੇਲੂਇਆ, ਦਾਸ ਨੂੰ ਕੁਝ ਫਰਕ ਨਹੀਂ ਪੈਣਾ। ਜਿਹੜੇ ਬੋਲ ਰਹੇ ਆ ਯਾਦ ਰੱਖੋ ਖੁਦਾ ਦੇ ਕਲਾਮ ਚ ਲਿਖਿਆ ਉਹ ਜਿਹੜੇ ਬੁੜਬੁੜਾਇਆ ਜਿਹਨੇ ਕੁੜਕੜਾਇਆ ਉਹ ਉਸ ਦੇਸ਼ ਵਿੱਚ ਉਸ ਪ੍ਰੋਮਿਸ ਦੇ ਸ਼ਹਿਰ ਵਿੱਚ ਨਹੀਂ ਗਏ। ਹੁਣ ਤੁਸੀਂ ਦੇਖੋ ਸਵਰਗ ਜਾਣਾ ਕਿ ਨਹੀਂ ਜਾਣਾ, ਕਿੰਨੇ ਮੇਰੀ ਗੱਲ ਨੂੰ ਸਮਝਦੇ? ਕਿੱਥੇ ਜਾਣਾ ਭਾਈ ਹੈ? ਤੁਸੀਂ ਕਿੱਥੇ ਜਾਣਾ? ਸਵਰਗ ਦੇ ਵਿੱਚ। ਤੇ ਫਿਰ ਸਾਨੂੰ ਇਹ ਛੋਟੀਆਂ ਛੋਟੀਆਂ ਲੋਮੜੀਆਂ ਨੂੰ ਆਪਣੀ ਜ਼ਿੰਦਗੀ ਚੋਂ ਬੁਰਾਈਆਂ ਨੂੰ ਕੱਢਣਾ ਜੀ। ਬਸ ਤੁਸੀਂ ਦੱਸ ਦੱਸ ਨਾ ਤੁਸੀਂ ਬੁੜਬੁੜ ਕਰੋ ਨਾ ਤੁਸੀਂ ਹੁਣ ਕੀ ਕਰਨਾ ਜੀ? ਬੁੜਬੁੜ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜਬੁੜ ਕੀਤੀ। ਹਾਂਜੀ
ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ ਕਿਹਦੇ ਕੋਲੋਂ ਨਾਸ ਕਰਨ ਵਾਲਾ ਕੌਣ ਪਰਮੇਸ਼ਰ ਹਾਂ ਹਾਲੇਲੂਇਆ ਪਰਮੇਸ਼ਰ ਦੇ ਲੋਕਾਂ ਦੇ ਬਾਰੇ ਪ੍ਰਭੂ ਨੂੰ ਤੁਸੀਂ ਪੜਪੜ ਬੋਲੋਗੇ ਤੇ ਪ੍ਰਭੂ ਤੁਹਾਨੂੰ ਛੱਡੇਗਾ ਕਦੀ ਵੀ ਹਾਲੇਲੂਇਆ ਇਸ ਕਰਕੇ ਉਹਨਾਂ ਕੋਲ ਪ੍ਰੋਮਿਸ ਸੀ ਇਬਰਾਹੀਮ ਖਾਲਕ ਉਹਨਾਂ ਕੋਲ ਹੁੰਦਿਆਂ ਸੁਣਦਿਆਂ ਵਾਅਦਾ ਹੁੰਦਿਆਂ ਸੁਣਦਿਆਂ ਉਸ ਪ੍ਰੋਮਿਸ ਦੇ ਸ਼ਹਿਰ ਵਿੱਚ ਨਹੀਂ ਗਏ ਕਿਉਂ ਕਿਉਂਕਿ ਉਹਨੇ ਰਾਸਤੇ ਪੜਪੜਾਉਣਾ ਸ਼ੁਰੂ ਕਰ ਦਿੱਤਾ ਕੁੜਕੁੜਾਉਣਾ ਸ਼ੁਰੂ ਕਰ ਦਿੱਤਾ ਰੱਬ ਦੇ ਦਾਸਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਉਹਨਾਂ ਦੇ ਵਿੱਚੋਂ ਕੋਈ ਨਹੀਂ ਲੇਕਿਨ ਨਵੀਂ ਜਨਰੇਸ਼ਨ ਜਿਹੜੀ ਆਈ ਆ ਉਹਨਾਂ ਨੂੰ ਪੁਰਾਣੀਆਂ ਗੱਲਾਂ ਬਾਰੇ ਕੁਝ ਨਹੀਂ ਸੀ ਪਤਾ ਸਿਰਫ ਉਹ ਹੀ ਗਏ ਆ ਜ਼ੋਰ ਨਾਲ ਮੰਨਿਆ ਕਰਕੇ ਪ੍ਰਭੂ ਸਾਨੂੰ ਛੋਟੀਆਂ ਛੋਟੀਆਂ ਲੋਂਬੜੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਆਵਾਜ਼ ਨਹੀਂ ਆ ਰਹੀ ਬਾਹਰ ਕੱਢਣਾ ਪੈਣਾ ਹੈ ਭਲੇ ਸਵਰਗ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਨਿੰਦਿਆ ਕਰਨ ਵਾਲੇ ਸਵਰਗ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਸ਼ੁਕਰੀਆ ਕਰਨ ਵਾਲੇ ਸਵਰਗ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਵਿਰੋਧ ਦਾ ਦੂਸਰੇ ਦੀ ਵਿਰੋਧਤਾ ਕਰਨ ਵਾਲੇ ਕਦੇ ਵੀ ਸਵਰਗ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਕਲੀਸਿਆ ਸਾਨੂੰ ਸੰਪੂਰਨ ਸਾਡਾ ਖੁਦਾਵੰਦ ਕਹਿੰਦਾ ਮੈਂ ਸੰਪੂਰਨ ਆ ਤੇ ਤੁਸੀਂ ਵੀ ਕੀ ਕਰੋ ਮੈਂ ਪਵਿੱਤਰ ਆ ਤੇ ਤੁਸੀਂ ਕੀ ਕਰੋ ਪਵਿੱਤਰ ਬਣੋ ਜਦ ਸਾਨੂੰ ਖੁਦਾਵੰਦ ਸਾਡਾ ਕਹਿੰਦਾ ਆ ਹਾਲੇਲੂਇਆ ਇਹ ਛੋਟੀਆਂ ਛੋਟੀਆਂ ਲੂੰਬੜੀਆਂ ਨੂੰ ਆਪਣੀ ਜ਼ਿੰਦਗੀ ਚੋਂ ਭਰ ਧੰਨਵਾਦ ਪ੍ਰਭੂ ਜੀ ਅੱਜ ਦੇਖਾਂ ਕੋਈ ਖੁਦਾਵੰਦ ਦੇ ਪਵਿੱਤਰ ਵਚਨ ਦੇ ਵਿੱਚੋਂ ਪਹਿਲਾ ਸਾਮੁਅਲ 15 ਅਧਿਆਇ ਉਹਦੀ 14 ਵਰਸ ਜੋ ਮੈਂ ਸੁਣਦਾ ਹਾਂ ਆਮੀਨ ਪਰਮੇਸ਼ਵਰ ਨੇ ਕੀ ਕੀਤਾ ਜੀ ਆਗਿਆ ਦਿੱਤੀ ਕਿਹਨੂੰ ਸ਼ੌਲ ਨੂੰ ਪ੍ਰਭੂ ਨੇ ਕੀ ਦਿੱਤੀ ਆਗਿਆ ਦਿੱਤੀ ਵੀ ਇੱਥੇ ਦੇ ਜਿੰਨੇ ਸਾਰੇ ਇਨਸਾਨ ਆ ਜਾਨਵਰ ਆ ਜੋ ਕੁਛ ਵੀ ਹੈਗਾ ਸਭ ਕੀ ਕਰਦੇ ਹਾਂਜੀ ਕੀ ਕਰਦੇ ਮਤਲਬ ਕੀ ਕਰਦੇ ਜੀ ਖਤਮ ਕਰਦੇ ਪਰ ਸ਼ੌਲ ਨੇ ਕੀ ਕੀਤਾ ਸ਼ੌਲ ਨੇ ਕੁਝ ਤਕੜੀਆਂ ਗਾਵਾਂ ਭੇਡਾਂ ਬੱਕਰੀਆਂ ਵਧੀਆ ਵਧੀਆ ਵੀ ਲੈ ਕੇ ਜਾਵਾਂਗੇ ਤੇ ਪਰਮੇਸ਼ਵਰ ਨੂੰ ਹੋਮ ਬਲੀ ਚੜਾ ਪਰਮੇਸ਼ਵਰ ਕੀ ਕਹਿੰਦਾ ਆ ਖੁਦਾਵੰਦ ਕੀ ਕਹਿੰਦਾ ਆ ਉਹ ਕਹਿੰਦਾ ਤੂੰ ਸਭ ਕੁਛ ਕੀ ਕਰਨਾ ਆ ਵੱਡਿਆਂ ਤੋਂ ਛੋਟੇ ਤੱਕ ਸਭ ਦਾ ਕੀ ਕਰਨਾ ਉੱਥੇ ਨਾਸ਼ ਕਰਨਾ ਸਭ ਨੂੰ ਖਤਮ ਕਰਨਾ ਮੈਂ ਦੱਸਣਾ ਚਾਹੁੰਦਾ ਆ ਕਿ ਅਗਰ ਸ਼ੌਲ ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਰਹਿੰਦਾ ਪ੍ਰਭੂ ਦਾ ਕਹਿਣਾ ਮੰਨਦਾ ਤੇ ਨਾਲੇ ਉਹਨੇ ਵਜਣਾ ਸੀ ਨਾਲੇ ਉਹਦੇ ਵੰਸ਼ ਨੇ ਵਜਣਾ ਸੀ ਤੇ ਪਰਮੇਸ਼ਵਰ ਨਾਲੇ ਉਹਦੀ ਜ਼ਿੰਦਗੀ 'ਚ ਵੱਡੇ ਵੱਡੇ ਕੰਮ ਕਰਨਾ ਸੀ ਹਾਲੇਲੂਇਆ ਲੇਕਿਨ ਇੱਥੇ ਸ਼ੌਲ ਨੇ ਵੀ ਕੀਤੀ ਗਲਤੀ ਕੀਤੀ ਆਗਿਆਕਾਰੀ ਕਰ ਲਈ ਜਿਹੜਾ ਕੰਮ ਪਰਮੇਸ਼ਵਰ ਨੇ ਕਿਹਾ ਸੀ ਉਹ ਕੀਤਾ ਹੀ ਨਹੀਂ ਆਪਣੀ ਮਰਜ਼ੀ ਕੀਤੀ ਤੇ ਜਿੱਥੇ ਅਸੀਂ ਆਪਣੀ ਮਰਜ਼ੀ ਕਰਾਂਗੇ ਦੱਸੋ ਉੱਥੇ ਖੁਦਾਵੰਦ ਦੀ ਮਰਜ਼ੀ ਪੂਰੀ ਹੋਏਗੀ ਨਹੀਂ ਸਾਨੂੰ ਤਾਂ ਸਿਰਫ ਤੇ ਸਿਰਫ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਆ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨਾ ਆ ਅਸੀਂ ਪਰਮੇਸ਼ਵਰ ਨੂੰ ਖੁਸ਼ ਕਰਨਾ ਆ ਇਹ ਛੋਟੀਆਂ ਛੋਟੀਆਂ ਲੂੰਬੜੀਆਂ ਆਪਣੀ ਜ਼ਿੰਦਗੀ ਚੋਂ ਬਾਹਰ ਹਾਲੇਲੂਇਆ ਪਾਪ ਆਪ ਹੈ ਚਾਹੇ ਛੋਟਾ ਤੇ ਚਾਹੇ ਵੱਡਾ ਹਾਲੇਲੂਇਆ ਲੇਕਿਨ ਸ਼ੌਲ ਨੇ ਜਿਸ ਗੱਲ ਤੋਂ ਪ੍ਰਭੂ ਨੇ ਰੋਕਿਆ ਸੀ ਸ਼ੌਲ ਨੇ ਉਹ ਕੰਮ ਕੀਤਾ ਔਰ ਖੁਦਾਵੰਦ ਦੇ ਵਚਨ ਚ ਲਿਖਿਆ ਆ ਹਾਲੇਲੂਇਆ ਇੱਕੋ ਦਿਨ ਉਹ ਤੇ ਉਹਦਾ ਬੇਟੇ ਉਹਦਾ ਵੰਸ਼ ਜਿੰਨਾ ਸੀ ਉਹ ਇੱਕੋ ਦਿਨ ਵਿੱਚ ਸਾਰਾ ਕੀ ਹੋ ਗਿਆ ਖਤਮ ਹੋ ਗਿਆ ਅੱਗੇ ਉਹਦੇ ਕੋਈ ਵੰਸ਼ਾਵਲੀ ਨਹੀਂ ਸੀ ਹਾਲੇਲੂਇਆ ਇੱਕ ਗਲਤੀ ਜਿਹੜੀ ਹੈ ਉਹਨੂੰ ਪਿੱਛੇ ਲੈ ਕੇ ਚਲੀ ਗਈ ਇਹ ਛੋਟੀਆਂ ਛੋਟੀਆਂ ਸਾਡੀਆਂ ਜਿਹੜੀਆਂ ਗਲਤੀਆਂ ਆ ਛੋਟੇ ਛੋਟੇ ਪਾਪ ਆ ਇੱਕ ਦਿਨ ਸਾਨੂੰ ਨਰਕ ਵਿੱਚ ਲੈ ਕੇ ਚਲੇ ਜਾਣ ਕਿੰਨੇ ਮੇਰੀ ਗੱਲ ਨੂੰ ਸਮਝ ਰਹੇ ਹਾਲੇਲੂਇਆ ਅਸੀਂ ਗਲਤੀ ਕਰਨ ਲੱਗੇ ਸੋਚਦੇ ਨਹੀਂ ਗੇ ਬੋਲਣ ਲੱਗੇ ਅਸੀਂ ਸੋਚਦੇ ਨਹੀਂ ਗੇ ਨਿੰਦਿਆ ਕਰਨ ਲੱਗੇ ਸੋਚਦੇ ਨਹੀਂ ਗੇ ਗਾਲਾਂ ਕੱਢਣ ਲੱਗੇ ਸੋਚਦੇ ਨਹੀਂ ਕਹਿੰਦਾ ਕੋਈ ਨਹੀਂ ਉੱਥੇ ਮੂੰਹ ਚੋ ਆ ਗਈ ਇਹ ਖੁਦਾਵੰਦ ਨੇ ਤੁਸੀਂ ਲੋਕ ਹੋ ਪਰਮੇਸ਼ਰ ਦੇ ਚੁਣੇ ਹੋਏ ਤੁਸੀਂ ਲੋਕ ਹੋ ਉਹਦੇ ਖੂਨ ਦੇ ਖਰੀਦੇ ਹੋਏ ਤੁਸੀਂ ਲੋਕ ਹੋ
और तुहाडी जुबान तो सिवाए परमेश्वर ने दूजी को गल नहीं निकलनी चाहिए। सारे राज अधिकारी नहीं होंगे, ना कोई बंदे को, ना कोई जानवर को, ना छोटे नू ते ना वड्डे नू, तुहाडी जुबान तो कोई भी गाल ना ले। हालेलुया। परमेश्वर ने पूछा है एक भेटा की मैं ना फिर कितों भाई मैं तेन की क्या सी उन्होंने की करना है कुछ भी नहीं लोना उत्थे सब कुछ खत्म करके आना है। पर उन्हें की किया आना देखा नहीं कर लिया, प्रभु के हुक्म को तोड़ दिता, अपनी मर्जी कर ली। जिथे इंसान अपनी मर्जी करता वो सफल नहीं होता, याद रखना। जिथे परमेश्वर की इच्छा को पूरा करोगे 100% ये सुना ब्लैस हो। इस करके इच्छा को जानो, ओरी मर्जी को पूरा करो। हालेलुया। और खुदावन ने पवित्र वचन च लिखा है पहला सैमुएल 13 अध्याय ओरी 9 वर्स। धन्यवाद। तद शाऊल ने आख्या होम दी बलि अते सुख शांति भेंट मेरे कोल ले आओ, अते ओने होम दी बलि चढ़ाई। जद के खुदावंद दा कलाम सानू सौंदा आ ये जड़िया बलि आ जां भेटा आ ये किहदे को हक आ जी? प्रभु दे सेवक को हक आ। पर इन्हें की कीता सैमुएल ने वेट नहीं की, इंतजार नहीं किया, लोगों को डरिया और लिया के इन्हें आपे बलि चढ़ा दी। जद के इनू बाइबल च लिखा इनू कोई भी अधिकार नहीं, जिहड़ा काम तुहानू प्रभु ने सौंपया आ तुसीं ओह काम करो। तुहानू रब ने काम सौंपया तुसीं प्रार्थना करो, मतलब तुसीं प्रार्थना करो। जे तुहानू वचन सुनाउण ने प्रभु ने ठहराया तो वचन सुनाओ। हालेलुया। जे दुष्ट आत्मा तुहानू गिफ्ट दिता तां कढ़ो दुष्ट आत्मा यीशु दे नाम दे विच। अगर तुहानू चंगियाई दा गिफ्ट दिता आ तां करो प्रार्थना लोकां दे वास्ते, बीमारां वास्ते लोक चंगे होण यीशु नाम च। पर जिहड़ी चीज तुहानू दित्ती नहीं गई सिर्फ तुहानू प्रार्थना वास्ते प्रभु ने कहा तुसीं जागते रहो ते प्रार्थना दे विच लगे रहो। हुण तुसीं कोई दुष्ट आत्मा कढ़न चले जाओगे ते दुष्ट आत्मा निकलेगी जी? नहीं निकलेगी। हालेलुया। इतने चाजक नू हक आ, सारा सैमन नू अधिकार आ कि इह जिहड़ी भेट आ इहदी बलि आ इह चढ़ा सकदा आ, लेकिन किहने चढ़ा दी? सौ। प्रभु ने की कर दी? इत्थे फिर इहने आना चाहता नहीं कर दी, इंतजार नहीं किया, अपनी मर्जी लोगों को डरिया। हालेलुया। लोगों को डरिया, लोगों के डर अपने दिल में रखा लेकिन रब का डर नहीं रखा। अगर तुहाडी जिंदगी को मुश्किल है, परेशानी है, घबराओ नहीं, प्रार्थना करो। परमेश्वर बाहर कढ़ने वाला तुहाडा परमेश्वर है, वो छुड़ाएगा तुहानू, वो बचाएगा तुहानू, उच्चे करेगा तुहानू, तुहाडे जीवन नू बदलेगा, तुहाडे जीवन दे वड्डियां कमाइयां करेगा, तुहाडी मन दी इच्छा नू परमेश्वर पूरा करेगा, परमेश्वर तुहानू ब्लेस करेगा। डरो नहीं, ठहर जाओ, खड़ जाओ, उहदे ते भरोसा रखो। हालेलुया। इन्हां लोकां दा डरिया लेकिन रब दा डर नहीं रखिया। जिहड़े काम नू नहीं सी करना चाहिए ओह काम कीता। आपां जाणदे बाइबल विच की लिखा आ, और परमेश्वर कहिंदा है कि तेरे तो एक वधिया तेरा गवांढी जिहड़ा परमेश्वर दे की बणेगा मन पाउंदा आ, तेरा राज तेरे तो खोया जाएगा, ये राज तेरा उहनू दित्ता जाएगा। ਤੁਹਾਡੇ ਮੂੰਹ ਚ ਜੋ ਆਉਂਦਾ ਤੁਸੀਂ ਬੋਲੀ ਜਾਵੋ, ਉਹ ਤੁਹਾਡੀ ਵਰਤ ਵਿੱਚ ਤੁਹਾਨੂੰ ਨਹੀਂ ਮਿਲੇਗੀ, ਤੁਹਾਡੀ ਗੁਆਂਢੀ ਨੂੰ ਮਿਲੇ। ਉਹਦਾ ਰਾਜ ਸੀਗਾ, ਪ੍ਰਭੂ ਨੇ ਕਿਹਨੂੰ ਦੇ ਦਿੱਤਾ? ਫਿਰ ਦਾਊਦ ਨੂੰ ਦੇ ਦਿੱਤਾ। ਔਰ ਦੇਖੋ ਤੁਸੀਂ ਸ਼ੌਲ ਦਾ ਵੰਸ਼ ਖਤਮ ਹੋਇਆ, ਕੋਈ ਵੀ ਨਹੀਂ। ਹਾਲੇਲੂਇਆ। ਛੋਟੀਆਂ ਛੋਟੀਆਂ ਲੂੰਬੜੀਆਂ ਨੂੰ ਆਪਣੀ ਹਾਂਜੀ ਜ਼ਿੰਦਗੀ ਚੋਂ ਬਾਹਰ ਕਰੋ। छोटिया छोटिया जी गल गाली गलोश जिंदिया चुगली बैर विरोध ईरखा नफरत विचार पाप सब छोड़ो, कटो इन बात। इन चीजा ने तुम पता ना, इन चीजा ने तुम खुदावन के कोल, इन चीजा ने खुदावन थोड़ी गल हो, चीजा ने खुदावन का दर्शन तुम हो। जोर ना मैं कर
इस करके ना चीजा सारिया बुराइया करना है अपनी जिंदगी चो। लेकिन लोगों ने इन तंग किया, परेशान किया। हालेलुया, परमेश्वर ने बोलिया कि इस पहाड़ को बोल के पानी कड ते पानी पानी निकलेगा। जलो लोगों ने ज्यादा परेशान किया, इन्हें गुस्से में आन के की किया उस पहाड़ उपर दो बार लाठी मारी। देखो इन्ना वधिया खुदावंद नाल चलन वाला इंसान, परमेश्वर दे नाल गलबात करन वाला इंसान, परमेश्वर दी हसूरी विच रहन वाला इंसान, परमेश्वर दी आज्ञा कर विच चलन वाला इंसान, परमेश्वर दी बड़ी इसराइल कलीसिया नूं चलाउण वाला इंसान, परमेश्वर दे पैरोकार, परमेश्वर दी कृपा दे नाल लाल सागर दो पगा करन वाला ए इंसान। हालेलुया, इन्ना कुछ करन वाला इंसान एक छोटी जी गलती दे कारण उस प्रॉमिस दे शहर विच नहीं जा सकिया। परमेश्वर ने उन्हें बोलिया अगर तू इत्थों देख ले पहाड़ ते चढ़ के, लेकिन उत्थे तू जा नहीं सकता। मेरे सीसो एक छोटी गई मूसा की गलती ने उन्हें सारी की कराई, जी उन्हें वरिया की मेहनत सी अभिषेक वो मसा वो परमेश्वर गलबात जड़ी सी सब चीजा उसके को हो गई, वो खत्म हो गई छड़िया। अगर साढ़े द्वारा प्रभु काम करता है, अद्भुत काम करता है, लोगों की जिंदगियां बदल दी हैं, इन्ने वरिया तो तुसी प्रभु का काम करते आ रहे। अगर तुसी हुण परमेश्वर दा होर ग्रेस दे नाल अपने भरना चाहता है, अगर तुसी गाली गलोच करोगे, छोटिया छोटिया लुंबड़िया में जगह दोगे, छोटे छोटे पाप करोगे, छोटिया छोटिया बुराइया अपनी जिंदगी च नहीं कटोगे, तो देख लो मूसा कितना महान परमेश्वर का दास सीगा। एक छोटी जी गलती के कारण रब किसी माफ नहीं करता, याद रखना उन्हें मूसा को माफ नहीं किया, तो तुम्हें कितना माफ करेगा। आमीन। उन्हें मूसा को माफ नहीं किया, कहता मूसा जा, आज तो बाद द्वारा मैं ना इस गल पर इस विषय पर गल ना कर। मैंने पता नहीं तुसी इस वचन नूं कितना पढ़ते कितना नहीं पढ़ते, जो परमेश्वर गल करता। हालेलुया, तू जा अपने पेदादा दे नाल जाके की कर सो जा। ते दोबारा इस चीज के बारे में ना गल, इन्ना काम प्रभु ने उतों लिया। हालेलुया, ते एक गलती के कारण तू उस शहर में जा नहीं सकता। तो तुसी देख लो सवेर तो शाम तक पता नहीं किन्नी गाला झूठ निंदिया चुगली बेईमानी विचार पता नहीं की कुछ करी जाने हैं, बुराइया छोड़ने का ना ही नहीं लेंगे। उन्हें एक गलती की थी, देख लो परमेश्वर ने ना नहीं बोल दिता तू नहीं जाएगा इतो देख लगता। हालेलुया, मेरे सिसो अगर गुस्सा नहीं गया, अगर तुम निंदा चुगली बैर बो ईर्ष्या नफरत करते हो तो तुम कितना स्वर्ग में चले जाओगे। इस करके सानू सारिया छोटिया छोटिया जिन्या बुराइया या पाप या सानू अपनी जिंदगी कटने पे छड़ने पे, ताकि परमेश्वर की जो अभिषेक है जरा वह अनुग्रह जरा वो थोड़े तो सदा तक पीढ़ी दर पीढ़ी बने रहे। जोर ना मैं करके प्रभु और खुदावन ने कल हो रखी है, कहने सुलेमान ना ते तो पहले को अमीर होया ते ना को तेरे तो बाद अमीर हो। दो गलत का जिक्र है इतने मैं कर रही थोड़े तो। एक तो उन्हें रब ने उन्हें की किया जी बुद्धि के नाल भरिया, प्रशंसा सुनने के वास्ते दूरों दूरों लोग आते। दूसरी गल, परमेश्वर ने फाइनेंशियल तौर पर इन्ना का ब्लेस किया, खुदावर ने खुद बोलिया, किसी इंसान ने नहीं बोलिया, परमेश्वर ने खुद बोलिया या कि सुलेमान ना तेरे तो पहले को अमीर इन्ना होया। हाँ, क्लीसिया
कि ना को तेरे तो बाद की खूबिया माना तुम्हें एक इंसान है बोले यार जिन्हों किया है मैं सब तो ज्यादा बरकत दी है ब्लैस किया है जोर के नाम मैं कहना चाहता और सोचो अगर तुम छोटिया छोटिया लूबड़िया अपनी जिंदगी जब कटोगे बुराइयों कटोगे छोगे तो सोचो प्रभु तुम्हें कि ब्लैस करेगा किन्नी आशीष प्रभु तुम देनी चाहता है कि प्रभु तेरे प्यार करता है लेकिन सुलेमान ने किया वो छोटिया छोटिया बुराइया नहीं कटिया प्रभु के पिछे चलने वाला इंसान खुदावन की आगे कदम रहने वाला इंसान और छोटिया छोटिया गल्लां दे करके प्रभु तो हौली हौली दूर होता गया और पाप के विच फसदा गया और की होया एक दिन परमेश्वर का हाथ उत उठ गया और सब कुछ उसका खत्म हो गया आप जानते बाइबल सुन उसको इनी बुद्ध होने के बावजूद भी उन्हें छोटिया छोटिया लूबड़िया अपनी जिंदगी चो बाहर बुराइया बाहर नहीं कटिया उन्हें खुदा की आवाज सुनने की बजाए की लोगों की आवाज न सुने लोगों के पिछे चलिया प्रभु को छड़िया अपनी बीवियों की गल सुनी हाले लोहिया अपनी बीवियों की गल सुनी उन्होंने पिछे चल गया उन्होंने देवी देवतियों को मिलना शुरू कर दिता अपने जिंदा यहोवा परमेश्वर को छड़ के दाऊद जिहड़ा लिखता है कहना हे मेरे पुत्र सुन ते मेरिया गल्लां नूं मन लै कहना जब तक तू परमेश्वर की उपासना करेगा परमेश्वर तेरे चारों ओर शांति बना के रखेगा जिस घर में प्रार्थना होती है ना उस घर च बीमारियां नहीं होंगे याद रखो लिख लो भावे मेरी लो तुम प्रार्थना करने वाले होने चाहिए हैं उस घर च बीमारियां तंगियां परेशानियां घर च वो तुहाडा हिस्सा नहीं है जे तुम प्रेम नहीं करते तो सब कुछ तुहाडे उपर आएगा जब तक सुलेमान तू परमेश्वर की उपासना करेगा बंदगी करेगा परमेश्वर तेरे चारों ओर शांति बना के रखेगा कोई भी तेरे आजू बाजू तो तेरे लड़न वास्ते खड़ा नहीं होगा जोर ना मिलना कर देगा जो असि गाली ग्रोच नहीं करेगा प्रभु सानू ढेर ढेर ब्लैस करेगा हर रोज सानू बरकत देगा हर रोज असि आशीष पावांगे हर रोज असि ब्लैस होवांगे हर रोज सानू प्रभु अपनी महिमा लेके खड़ा करेगा जोर ना मिलना कर देगा प्रभु तुहानू बड़ी आशीष बड़ी बरकत देगा।